ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇਹ ਸ਼ਾਮ ਜੀ ਦਾ ਟਾਈਮ ਹੈ। ਅਤੇ ਇਹ ਸਾਰੇ ਟਾਈਮ ਪਾਸ ਕਰਨ ਲੱਗੇ ਪਏ ਨੇ। ਦਿਨ 'ਚ ਤਾਂ ਬਹੁਤ ਧੁੱਪ ਹੋਣ ਲੱਗ ਗਈ, ਫਿਰ ਸ਼ਾਮ ਨੂੰ ਇਹ ਬੱਚੇ ਵੀਰ ਜੀ ਦੇ ਸਰਦਾਰ ਜੀ ਨਾਲ ਲੈ ਕੇ ਲੱਗ ਜਾਂਦੇ ਨੇ ਮਸਤੀ ਕਰਨ। ਬਾਕੀ ਫਿਰ ਖੇਡਣ ਤੋਂ ਬਾਅਦ ਛੇ ਸਾਢੇ ਕੁ 6 ਵਜੇ ਇਹਨਾਂ ਨੂੰ ਬਹੁਤ ਭੁੱਖ ਲੱਗ ਜਾਂਦੀ ਹੈ। ਫਿਰ ਅਸੀਂ ਹੁਣ ਇਹਨਾਂ ਵਾਸਤੇ ਆਲੂ ਵਾਲੇ ਨੇ, ਆਲੂਆਂ ਦਾ ਨਾ ਸਾਡੇ ਬੋਰੀ ਪਈ ਹੈ ਅਤੇ ਇਹਨਾਂ ਨੂੰ ਵਧੀਆ ਵੀ ਲੱਗਦੇ ਨੇ। ਬਾਕੀ ਹੁਣ ਅਸੀਂ ਉਹਨਾਂ ਦੀ ਚਾਟ ਬਣਾ ਕੇ ਦੇਵਾਂਗੇ ਇਹਨਾਂ ਨੂੰ। ਮੇਰੇ ਨਾ ਮਾਰੋ। ਇਹ ਲਓ ਜੀ, ਇਹ ਅਸੀਂ ਆਲੂ ਉਬਾਲ ਲਏ ਅਤੇ ਇਹ ਬਿਲਕੁਲ ਬਰੀਕ ਪਿਆਜ਼ ਕੱਟਿਆ। ਬਾਕੀ ਇਹ ਟਮਾਟਰ ਦੇ ਵਿੱਚੋਂ ਇਹ ਗੁੱਦਾ ਜਿਹਾ ਕੱਢ ਦਾਂਗੇ, ਜਿਹੜਾ ਬਾਹਰ ਦਾ ਸਖਤ ਟਮਾਟਰ ਹੈ ਉਹਨੂੰ ਬਰੀਕ ਬਰੀਕ ਕੱਟ ਲਾਂਗੇ। ਵਾਹਿਗੁਰੂ ਜੀ, ਜਿਹੜੀ ਚਾਟ ਹੈ ਨਾ ਇਹਦੇ ਵਿੱਚ ਮਤਲਬ ਕਿ ਫਿਰ ਕ੍ਰਿਸਪੀ ਜੀ ਲੱਗਦੀ ਹੈ ਜਦੋਂ ਆਪਾਂ ਕੱਚਾ ਹੀ ਪਾਉਂਦੇ ਹਾਂ। ਜੇ ਇਹਨੂੰ ਫਰਾਈ ਜਿਹਾ ਕਰ ਲਓ ਫਿਰ ਨਹੀਂ ਗੱਲ ਜੀ ਬਣਦੀ। ਬਾਕੀ ਇਹਦੇ ਵਿੱਚ ਜਿਹੜੇ ਮਸਾਲੇ ਐਡ ਕਰਾਂਗੇ, ਜਿਵੇਂ ਜੀਰੇ ਨੂੰ ਭੁੰਨ ਕੇ ਕੁੱਟ ਕੇ ਉਹ ਪਾਵਾਂਗੇ, ਕਾਲੀ ਮਿਰਚ, ਕਾਲਾ ਲੂਣ ਅਤੇ ਹਰੀ ਮਿਰਚ, ਚਿੱਟਾ ਨਮਕ। ਬਾਕੀ ਆਮ ਚੂਰਨ ਹੋ ਗਿਆ, ਜਿਵੇਂ ਚਾਟ ਮਸਾਲਾ ਹੋ ਗਿਆ, ਨਿੰਬੂ ਹੋ ਗਿਆ, ਇਹ ਸਾਰਾ ਕੁਛ ਸੌਸ ਹੋ ਗਈ ਪਾ ਕੇ ਬਣਾਉਂਦੇ ਹਾਂ। ਵਾਹਿਗੁਰੂ ਜੀ, ਇਹ ਅਸੀਂ ਸਾਬਤ ਮੂੰਗੀ ਦੀ ਅੱਜ ਦਾਲ ਕਰਾਂਗੇ। ਅਤੇ ਵਾਹਿਗੁਰੂ ਜੀ, ਇੱਧਰ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਸਾਰਾ ਸਮਾਨ। ਆਲੂ ਕੱਟ ਲਏ, ਉਹ ਕੱਟਿਆ ਹੋਇਆ ਹੈ। ਅਤੇ ਇੱਧਰ ਜਿਹੜੇ ਤੁਹਾਨੂੰ ਸਾਰੇ ਮਸਾਲੇ ਗਣਿਆਏ ਸੀਗੇ ਉਹ ਸਾਰੇ ਪਾ ਲਏ ਕੌਲੀਆਂ 'ਚ। ਹੁਣ ਅਸੀਂ ਇਹਨਾਂ ਨੂੰ ਮਿਕਸ ਕਰਦੇ ਹਾਂ ਅਤੇ ਫਿਰ ਸਾਡੀ ਚਾਟ ਹੈ ਜਿਹੜੀ ਇਹ ਤਿਆਰ ਹੈ। ਵਾਹਿਗੁਰੂ ਜੀ, ਇਹ ਅਸੀਂ ਸਾਰਾ ਕੁਛ ਮਿਕਸ ਕਰ ਲਿਆ, ਦੇਖੋ ਕਿੰਨੀ ਵਧੀਆ ਬਣ ਗਈ। ਅਤੇ ਹੁਣ ਇਹਨਾਂ ਨੂੰ ਪਾਵਾਂਗੇ ਕੌਲੀਆਂ 'ਚ। ਵਾਹਿਗੁਰੂ ਜੀ, ਗੁਰਨੂੰ ਤਾਂ ਸਭ ਤੋਂ ਪਹਿਲਾਂ ਫਰੈਸ਼ ਹੋ ਕੇ ਬੈਠ ਗਿਆ ਆਪਣੀ ਚਾਟ ਲੈ ਕੇ। ਲਓ ਜੀ, ਸਾਰੇ ਫਰੈਸ਼ ਹੋ ਗਏ ਖੇਡ ਖੂਡ ਕੇ। ਇਹ ਸ਼ਾਮ ਦੇ 7 ਵੱਜ ਗਏ ਜੀ, ਬਾਬਾ ਜੀ ਪਾਠ ਕਰ ਰਹੇ ਨੇ ਗੁਰਦੁਆਰਾ ਸਾਹਿਬ। ਆ ਜਾਓ ਸਰਦਾਰ ਜੀ, ਆਪਣੀ ਕੁਰਸੀ ਚੱਕ ਲਿਆਇਓ। ਵਧੀਆ ਬਣੀ ਹੈ ਪੁੱਤ। ਪ੍ਰਤੀਕ ਵੀ ਆ ਗਿਆ ਨਹਾ ਕੇ ਫਰੈਸ਼ ਹੋ ਕੇ, ਬਾਕੀ ਸਾਰੇ ਵੀ ਹੋ ਗਏ। ਆ ਜਾ ਬਈ, ਆ ਜਾ। ਕਿਰਪਾ ਜਿਨ ਤਨ ਰਾਏ ਮਨੋ ਤਾਂ ਤਾ ਮਨ ਤੋ
चलो ठीक है जी, एवें सारे शक लैणगे। वाहिगुरु जी, ये जड़ी असी दाल रखी हुई सी ये बन गई, बिल्कुल तैयार है। ये तो हम इनू अलग तो तड़का लगावांगे। तड़के लिए असी लसन प्याज टमाटर ते अपना हरा धनिया ये भी कटिया होया। इधर जड़ा सी चाट का भुगतान किया ਉਹਦੇ ਬਰਤਨ ਹੋ ਗਏ। ਵਾਹਿਗੁਰੂ ਜੀ, ਸਾਡਾ ਅਦਰਕ ਰਹਿੰਦਾ ਸੀ ਉਹ ਕੱਦੂਕਸ ਕਰਾਂਗੇ। ਬਾਕੀ ਲਸਣ ਪਿਆਜ਼ ਟਮਾਟਰ ਹਰਾ ਧਨੀਆ ਹੋ ਗਿਆ। ਕੱਟਿਆ ਹੋਇਆ ਥੋੜ੍ਹਾ ਜਿਹਾ ਮੋਟਾ ਜਿਹਾ ਰਹਿ ਜਾਂਦਾ, ਫਿਰ ਐਵੇਂ ਬਰੀਕ ਜਿਹਾ ਵਧੀਆ ਲੱਗਦਾ। ਬਾਕੀ ਵਾਹਿਗੁਰੂ ਜੀ ਚੇਤਨਪੁਰੀਆ ਅਨਮੋਲ ਦੀ ਆਈਡੀ ਤੋਂ ਕਮਲ ਗੁਲਨਾਰ ਅਨਮੋਲਜੀਤ ਫਤਿਹਗੜ੍ਹ ਸਾਹਿਬ। ਹੈਲੋ ਬੱਚਿਓ, ਹੋਰ ਕਿਵੇਂ ਹੋ, ਸਭ ਠੀਕ ਠਾਕ? ਇਹਨਾਂ ਨੇ ਨਾਮ ਦੀ ਰਿਕੁਐਸਟ ਕੀਤੀ ਸੀ। ਅਤੇ ਬਾਕੀ ਖੁਸ਼ ਰਹੋ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖਣ। ਬਾਕੀ ਆਪਣਾ ਅੰਦਰ ਰਹੋ ਜੀ। ਹਰਦੇਵ ਸਿੰਘ ਦੀ ਆਈਡੀ ਤੋਂ ਉਹਨਾਂ ਦੇ ਮਦਰ ਨੇ ਕੁਲਵਿੰਦਰ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਵਧੀਆ? ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਤੰਦਰੁਸਤੀਆਂ ਦੇਣ। ਬਾਕੀ ਅਸੀਂ ਸਾਡੀ ਵੀਡੀਓ ਦੇ ਜਿਹੜੇ ਪਹਿਲੇ 10 ਵਿਵਰਸ ਹੋਣਗੇ, ਉਹਨਾਂ ਦੇ ਕਮੈਂਟ ਨੇ ਜਿਹੜੇ ਉਹ ਰਿਕਾਰਡ ਕੀਤੇ ਨੇ, ਉਹਨਾਂ ਨੂੰ ਵੀ ਆਪਣੀ ਵੀਡੀਓ 'ਚ ਲਵਾਂਗੇ। ਜੀਰਾ ਲਸਣ ਭੁੱਜਦਾ ਹੈ ਜੀ, ਫਿਰ ਉਸ ਤੋਂ ਬਾਅਦ ਪਾ ਦਿੰਦੇ ਹਾਂ ਪਿਆਜ਼, ਫਿਰ ਆਪਣੀ ਦਾਲ ਤਾਂ ਬਣੀ ਹੋਈ ਹੋ, ਇਹਦੇ ਵਿੱਚ ਤੜਕਾ ਮਿਕਸ ਕਰਕੇ। ਇਹ ਮੂੰਗੀ ਦੀ ਦਾਲ ਬੜੀ ਹਲਕੀ ਰਹਿੰਦੀ ਹੈ, ਵਧੀਆ ਵੀ ਬਣਦੀ ਹੈ। ਵੈਸੇ ਵੀ ਤਕਰੀਬਨ ਗਰਮੀ ਗਰਮੀ ਸਾਡੇ ਸ਼ਾਮ ਨੂੰ ਦਾਲਾਂ ਹੀ ਚੱਲਦੀਆਂ ਨੇ। ਬਾਕੀ ਸਾਡੀ ਫੈਮਿਲੀ ਵੀ ਬਹੁਤ ਸ਼ਰੀਫ ਜੀ ਹੈ ਜੀ, ਜਿਵੇਂ ਦਾ ਦੇ ਦੋ ਉਵੇਂ ਦਾ ਹੀ ਖਾ ਲੈਂਦੇ ਨੇ, ਬਹੁਤੀ ਨੁਕਤਾਚੀਨੀਆਂ ਜੀ ਨਹੀਂ ਕਰਦੇ ਹੈਗੇ। ਬਾਕੀ ਹੁਣ ਇਹ ਬਣ ਰਿਹਾ ਜੀ, ਚੰਗੀ ਤਰ੍ਹਾਂ ਬਣ ਜਾਵੇ ਫਿਰ ਤੁਹਾਨੂੰ ਦਿਖਾਉਂਦੇ ਹਾਂ।
लो जी ये तड़का बन के तैयार है। पा दें दाल चो फिर असं रोटी थोड़े जे टाइम लगेंगे जो हम सारे भुख जी लग जूगी तो इन्नी गर्म तो दाल भी जदे नहीं खाधी जाती ये भी ठीक जी हो जूगी। चलो ठीक है जी बाकी हूँ महाराज सब का भला कर फतेह की सांझ कर दें। वाहेगुरु जी का खालसा वाहेगुरु जी की फतेह। साड़ी जिहड़ी असी कल वीडियो अपलोड की सी उन्हां दे पहले 10 व्यूअर्स के नेम ने मुकद्दस हुसैन दविंदर सिंह क्लोकी क्वाड्स प्रभजोत कौर फरवा शफीक लवप्रीत जी बलवंत सिंह हरमिंदर कौर अशफाक जट कैनन जी। ए सी जी पहले 10 व्यूअर्स जिन्होंने साड़ी वीडियो देखी तो सानू कमेंट किया जिमें कि असी कहा कि असी पहले 10 व्यूअर्स का नेम लिया करांगे तो असी इस वीडियो पहले 10 व्यूअर्स का नेम लिया जिन्होंने साड़ी कल वाली वीडियो सब तो पहला वेखी तो कमेंट किया। इस तरह तुसी सानू अपना प्यार देंदे रहो। बी हैप्पी गॉड ब्लैस यू ऑल एंड कीप वॉचिंग आर वीडियोज़। थैंक यू।